हाँ जी, ये देख सकते हैं आप, इधर लिखा हुआ है ताला विलम का नाम पर दुनिया। ये वो फॉर्म है जो बैरून मुल्क के लिए जाता है, ठीक है। सनद के लिए ओरिजिनल सनद चाहिए, ठीक है। आईडी कार्ड चाहिए, अगर आपके पास सनद मैट्रिक की है वो भी चल जाएगी, अगर इंटर की है वो भी चल जाएगी, ठीक है। अस्सलाम वालेकुम गाइस, क्या हाल चाल, ठीक ठाक साहब का। ये हमारे साथ अब्दुल्ला भड़ाई साहब हैं, ये इसामा भाई हैं। इसामा भाई का इंटरव्यू लेते हैं। इसामा भाई, हम किस लिए इधर आए हैं? डिग्री टेस्ट करवाने के लिए। हाँ, मैंने इधर गुजरावाला में है, डिग्री टेस्ट करवाएं, ठीक है। ये आपने क्या करना, डिग्री टेस्ट करवा के? वैसे ही करवाने के लिए हैं, अप्लाई करना है। वे किस मुल्क के लिए अप्लाई कर रहे हैं? स्टडी के लिए जा रहे हैं, वर्क के लिए जा रहे हैं? स्टडी के लिए जा रहे हैं। अच्छा, ऑस्ट्रेलिया जा रहे हैं स्टडी के लिए। ये भड़ाई साहब है, भड़ाई साहब आपका क्या ख्याल है बाहर जाने का? फस गए आप, साढ़े नाल आके फस गए हो, जलील कर दिता है। भड़ाई सारा साढ़ा थोड़ा जहा मम्मी डैडी मुंडा है, तो आ के साढ़े नाल फस गया, ठीक है। तो इतने धुप चौखी है, तो वाहवा है साड़ी, इतने तो मत वजी पई है, ठीक है। आए सी इतने, तो मैं क्या चलो थोड़ी देर बैठ के इतने ग्राउंड च मैच देख लीए, ठीक है। दो टीम ने, बहुत अच्छी टीम ने, इन्हों का टास हो गया ਆਇਆ, ਮੁੰਡੇ ਦੋਵੇਂ ਹੱਸਦੇ ਜਾਂਦੇ ਪਏ ਨੇ। ਮੈਨੂੰ ਲੱਗਦਾ ਇਹ ਟਾਸ ਜਿੱਤ ਗਏ ਨੇ, ਇਹ ਟੀਮ ਦੇ ਕੋਲ ਇਹਨਾਂ ਨੇ ਮੂੰਹ ਬਣਾਏ ਹੋਏ ਨੇ, ਕਿਉਂਕਿ ਗਰਮੀ ਬਹੁਤ ਜ਼ਿਆਦਾ, ਜਿਹਨੇ ਪਹਿਲਾਂ ਬੈਟਿੰਗ ਕਰ ਲਈ ਉਹਨੇ ਜਿੱਤ ਜਾਣਾ, ਠੀਕ ਹੈ। ਉਹ ਦੇਖੋ ਕਿੱਡੇ ਖੁਸ਼ ਹੁੰਦੇ ਨੇ ਕਿ ਅਸੀਂ ਟਾਸ ਜਿੱਤ ਗਏ ਹਾਂ, ਉਹ ਸਿਰ ਸੁੱਟ ਕੇ ਵਾਪਸ ਜਾ ਰਹੇ ਨੇ, ਠੀਕ ਹੈ। ਇਹ ਵੇਖੋ ਕਿੱਡਾ ਪਿਆਰਾ ਗਰਾਊਂਡ ਹੈ, ਬਹੁਤ ਅੱਛਾ ਗਰਾਊਂਡ ਹੈ। ਉਹ ਨਾ ਜਿੱਥੇ ਵੀ ਜਾਓ ਇੱਕ ਅੱਧਾ ਕੁੱਤਾ ਬੰਦਾ ਲਾਜ਼ਮੀ ਟੱਕਰ ਪੈਂਦਾ ਹੁੰਦਾ। ਇਹ ਨਾ ਇੱਕ ਗਾਰਡ ਬੈਠਾ, ਅਸੀਂ ਬੋਰਡ ਆਫਿਸ ਦੇ ਵਿੱਚ ਆਏ ਹਾਂ, ਇਹ ਆਉਂਦੇ ਜਾਂਦਿਆਂ ਕੋਲ ਪੈਸੇ ਮੰਗਣ ਦਿਆ। ਅੰਦਰ ਗੱਡੀ ਕਰਨੀ ਉਹਦੇ ਪੈਸੇ ਦਿਓ, ਮੋਟਰਸਾਈਕਲ ਅੰਦਰ ਕਰਨਾ ਉਹਦੇ ਪੈਸੇ ਦਿਓ। ਹੁਣ ਅਸੀਂ ਪਾਰਕ 'ਚ ਬੈਠੇ ਹਾਂ, ਅਤੇ ਆ ਕੇ ਸਾਨੂੰ ਆਉਂਦਾ ਹੈ ਕਿ ਮੈਨੂੰ ਪੈਸੇ ਦਿਓ, ਮੈਂ ਫਿਰ ਇੱਥੇ ਬਹਿਣ ਦੇਣਾ। ਹਰ ਜਗ੍ਹਾ 'ਤੇ ਸਾਡੇ ਪਾਕਿਸਤਾਨ ਰਿਸ਼ਵਤ ਚੱਲਦੀ ਪਈ ਹੈ, ਠੀਕ ਹੈ। ਅਸੀਂ ਇਹਨੂੰ ਕਿਹਾ ਕਿ ਭਾਈ ਅਸੀਂ ਨਹੀਂ ਪੈਸੇ ਦੇਣੇ, ਜੋ ਹੁੰਦਾ ਹੀ ਕਰ ਲੈ, ਠੀਕ ਹੈ। ਤੁਹਾਡਾ ਕੀ ਖਿਆਲ, ਪੈਸੇ ਦੇਣੇ ਚਾਹੀਦੇ ਨੇ ਕਿ ਨਹੀਂ, ਕਮੈਂਟ ਦੇ ਵਿੱਚ ਲਾਜ਼ਮੀ ਮੈਨੂੰ ਦੱਸਿਆ ਜੇ। ਗਰਾਊਂਡ ਵੇਖੋ ਕਿੱਡਾ ਪਿਆਰਾ ਬੋਰਡ ਆਫਿਸ ਦੇ ਵਿੱਚ ਬਣਿਆ ਹੋਇਆ, ਮੈਨੂੰ ਤਾਂ ਬਹੁਤ ਪਸੰਦ ਆਇਆ, ਤੁਹਾਨੂੰ ਵੀ ਬਹੁਤ ਜ਼ਿਆਦਾ ਪਸੰਦ ਆਇਆ ਹੋਏਗਾ, ਠੀਕ ਹੈ। ਕਾਫੀ ਜਗ੍ਹਾ ਇੱਥੇ ਨਾ ਬੋਰਡ ਆਫਿਸ ਦੇ ਵਿੱਚ। ਉਸਾਮਾ ਭਾਈ, ਆਪਕਾ ਮੈਚ ਕੇ ਬਾਰੇ ਮੈਂ ਕਿਆ ਖਿਆਲ ਹੈ? ਮੈਚ ਜਬ ਸ਼ੁਰੂ ਹੋਗਾ ਫਿਰ ਪਤਾ ਚਲੇਗਾ। ਮੈਚ ਸ਼ੁਰੂ ਹੋਗਾ ਤਬ ਪਤਾ ਚਲੇਗਾ। ਫੁੱਲ ਹੈ ਹਮ ਦੇਖਨੇ ਕੇ ਲਈ ਮੈਚ। ਐਕਸਾਈਟਡ ਹੈ? ਉਸਾਮਾ ਭਾਈ, ਇਤਨੀ ਗਰਮੀ ਮੇਂ ਯੇ ਵਨਡੇ ਖੇਡਣੇ ਲਗੇ ਹੈ? ਯੇ ਟੈਸਟ ਮੈਚ ਖੇਲਨੇ। ਅੱਛਾ, ਯੇ ਟੈਸਟ ਮੈਚ ਖੇਲਨੇ ਲਗੇ ਹੈ। ਉਸਾਮਾ ਭਾਈ, ਆਪਕੋ ਵੀ ਸ਼ੌਕ ਹੈ? ਨਹੀਂ, ਮੁਝੇ ਕ੍ਰਿਕਟ ਕਾ ਨਹੀਂ, ਫੁੱਟਬਾਲ ਕਾ ਸ਼ੌਕ ਹੈ। ਫੁੱਟਬਾਲ ਕਾ ਸ਼ੌਕ ਹੈ। ਅੱਛਾ, ਫੁੱਟਬਾਲ ਮੇਂ ਆਪ ਕਿਆ ਖੇਲਤੇ ਹੋ? ਡਿਫੈਂਡਰ ਖੇਲਤੇ ਹੋ, ਕਿਆ ਬਾਤ ਹੈ। ਫੁੱਟਬਾਲ ਕੀ ਆਪਕੀ ਅੱਛੀ ਗੇਮ ਹੈ? ਹਾਂ ਜੀ, ਅੱਛੀ ਗੇਮ। ਮੈਂ ਰੋਟੀ ਤੋਂ ਤੰਗ, ਰੋਟੀ ਖਵਾ ਦੇ ਮੁੰਡੇ। ਇਹ ਮਾਰੇ ਭਾਈ ਹੈ, ਇਹਨੂੰ ਭੁੱਖ ਬਹੁਤ ਲੱਗੀ ਹੈ, ਨਾਸ਼ਤਾ ਵੀ ਅਭੀ ਨਹੀਂ ਖਿਆ ਹੈ। ਇਹ ਕਹਿੰਦੇ ਨੇ ਸਾਨੂੰ ਭੁੱਖ ਲੱਗੀ ਹੈ, ਸਾਨੂੰ ਰੋਟੀ ਖਵਾ ਦਿਓ। ਇਹ ਵੇਖੋ, ਇਹ ਨਾ ਐਵੇਂ ਝੂਠੀਆਂ ਫਵਾਵਾਂ ਵੇਖਦਾ ਰਹਿੰਦਾ ਮੋਬਾਈਲ 'ਤੇ, ਮੈਂ ਆਈਫੋਨ ਲੈਣਾ, ਆਈਫੋਨ ਲੈਣਾ, ਠੀਕ ਹੈ, ਲੈਂਦਾ ਵੀ ਨਹੀਂ ਹੈ। ਪਹਿਲੀ ਵਾਰੀ ਇਹ ਵੀਡੀਓ ਬਣਾ ਰਹੇ ਹਾਂ, ਠੀਕ ਹੈ। ਸਾਡੀ ਵੀਡੀਓ ਨੂੰ ਜੇ ਕੋਈ ਗਲਤੀ ਹੋਈ ਤਾਂ ਸਾਨੂੰ ਦੱਸ ਦਿਆ ਜੇ, ਠੀਕ ਹੈ। ਦੂਸਰਾ, ਸਾਡਾ ਚੈਨਲ ਸਬਸਕ੍ਰਾਈਬ ਕਰਿਆ ਜੇ, ਤੁਹਾਡੀ ਮਿਹਰਬਾਨੀ, ਸਾਡੀ ਥੋੜ੍ਹੀ ਸਪੋਰਟ ਕਰਿਆ ਜੇ, ਠੀਕ ਹੈ। ਦੁਆ ਵਿੱਚ ਯਾਦ ਰੱਖਿਆ ਜੇ, ਅੱਲਾ ਹਾਫਿਜ਼। ਲਓ ਜੀ, ਬੋਲਰ ਤਿਆਰ ਹੈ ਪਹਿਲੀ ਗੇਂਦ ਸੁੱਟਣ ਲਈ, ਠੀਕ ਹੈ। ਅੰਪਾਇਰ ਦੱਸ ਰਿਹਾ ਕਿੱਧਰੋਂ ਕਰਵਾਉਣੀ ਹੈ, ਸੱਜੇ ਪਾਸੇ ਕਵੋ, ਤਾੜੀਆਂ ਵੱਜ ਗਈਆਂ ਨੇ, ਠੀਕ ਹੈ। ਬੋਲਰ ਦੌੜਨਾ ਸਟਾਰਟ ਕਰਨ ਲੱਗਾ,
ਇੱਕ ਦੋ ਤਿੰਨ ਅੰਪਾਇਰ ਹੁਣ ਪਤਾ ਨਹੀਂ ਕਿਹੜੀ ਸ਼ਾਇ ਮੰਗਦਾ ਪਿਆ, ਪਿੱਛੇ ਇਸ਼ਾਰੇ ਕਰਨ ਦਿਆ, ਕਹਿੰਦਾ ਆ ਜਾਓ ਜੀ, ਲਓ ਜੀ ਬੋਲਰ ਭੱਜ ਪਿਆ, ਠੀਕ ਹੈ ਪਹਿਲੀ ਬਾਲ ਹੈ, ਪਹਿਲੀ ਬਾਲ 'ਤੇ ਪਤਾ ਲੱਗ ਜਾਂਦਾ ਕੀ ਕਰਦਾ। ਓ ਵੈਰੀ ਗੁੱਡ, ਉਹਨਾਂ ਨੇ ਵੈਰੀ ਗੁੱਡ ਅਪੀਲ ਕੀਤੀ ਲੇਕਿਨ ਅੰਪਾਇਰ ਨੇ ਕਹਿ ਤਾ ਨਾਟ ਲਓ, ਠੀਕ ਹੈ। ਲੈਫਟ ਸਾਈਡ ਦਾ ਬੋਲਰ ਹੈ, ਬਹੁਤ ਅੱਛੀ ਬੋਲਿੰਗ ਕਰਦਾ, ਠੀਕ ਹੈ, ਅੱਛੀਆਂ ਤਾਲੀਆਂ ਮਾਰੀਆਂ ਨੇ ਇਹਨੇ। ਇਹ ਪੀਲੀ ਕੈਪ ਵਾਲਾ ਉਹਨਾਂ ਦਾ ਕੈਪਟਨ ਹੈ, ਜ਼ਿਆਦਾ ਉਹਨਾਂ ਨੂੰ ਫੋਕਸ ਕਰ ਰਿਹਾ, ਜ਼ਿਆਦਾ ਸ਼ਾਬਾਸ਼ ਦੇ ਰਿਹਾ। ਆਹ ਅਸੀਂ ਮੈਂ ਓਵਰ ਪੂਰਾ ਆਪਕੋ ਦਿਖਾਏਂਗੇ, ਦੂਸਰੀ ਬੋਲ ਕੇ ਲੀਏ ਤਿਆਰ ਹੈ। ਇਹ ਜੀ ਦੂਸਰੀ ਗੇਂਦ ਕਰਵਾਉਣੇ ਕੇ ਲੀਏ। ਓ ਇਹ ਵੀ ਗੇਂਦ ਬੀਟ ਹੋ ਗਈ, ਉਹਨਾਂ ਨੇ ਅਪੀਲ ਕੀਤਾ ਵਾਈਟ ਹੈ ਲੇਕਿਨ ਅੰਪਾਇਰ ਨੇ ਕਿਹਾ ਵਾਈਟ ਨਹੀਂ ਹੈ। ਬੋਲਰ ਬਹੁਤ ਅੱਛਾ ਲੱਗ ਰਿਹਾ, ਇਹ ਸਟਾਰ ਬਹੁਤ ਦੂਰੋਂ ਲੈ ਰਿਹਾ, ਸਮਝ ਨਹੀਂ ਆਉਂਦੀ ਇੰਨੀਆਂ ਪਲਾਂਘਾਂ ਕਿਵੇਂ ਕਰ ਰਿਹਾ ਪੂਰੀਆਂ, ਲੱਗਦਾ ਦੋ ਕੁ ਓਵਰ ਕੱਢੇਗਾ ਜੀ। ਆ ਨਹੀਂ ਨਹੀਂ ਬਹੁਤ ਦੂਰੋਂ ਭੱਜ ਕੇ ਆ ਰਿਹਾ, ਇਹ ਸਟਾਈਲਿਸ਼ ਪਲੇਅਰ ਜਿਹੜੇ ਹੁੰਦੇ ਨੇ ਨਾ ਦੂਰੋਂ ਭੱਜ ਕੇ ਆਉਂਦੇ ਨੇ ਤਾਂ ਸਾਹ ਫਿਰ ਜਲਦੀ ਚੜ ਜਾਂਦਾ, ਠੀਕ ਹੈ। ਅੱਜ ਕੱਲ੍ਹ ਸਾਹ ਹੈ ਕਹਿੰਦੇ ਨੇ ਜੀ। ਆ ਅੱਜ ਕੱਲ੍ਹ ਮੁੰਡੇ ਕੋਈ ਮਰੇ ਪਏ ਨੇ, ਸਾਡੇ ਦੌਰ 'ਚ ਤਾਂ ਕਬੱਡੀਆਂ ਦਾ ਦੌਰ ਸੀ, ਘਿਓ ਦੇ ਪੀਪੇ ਖਾਂਦੇ ਸੀ, ਚੋਪੜੀਆਂ ਲੱਭਦੀਆਂ ਸੀ, ਇਹਦੇ ਸੁੱਕੀਆਂ ਤੋਂ ਤੰਗ ਆ ਵਿਚਾਰੇ। ਤੀਸਰੀ ਗੇਂਦ, ਓ ਚਾਰ ਰਨ ਹੋਣੇ ਦਾ ਖਤਰਾ ਲੇਕਿਨ ਉਹ ਸਿੰਗਲ ਹੀ ਹੋਈ, ਠੀਕ ਹੈ। ਅੱਛਾ ਓਵਰ ਕਰ ਰਹੇ, ਬਹੁਤ ਅੱਛੀ ਬੈਟਿੰਗ, ਬਹੁਤ ਅੱਛੀ ਬੋਲਿੰਗ ਕੇ ਸਾਥ। ਅਭੀ ਦੂਸਰਾ ਬੈਟਸਮੈਨ ਸਾਹਮਣੇ ਆਇਆ, ਇਸਕਾ ਨਾਮ ਹਮੇ ਨਹੀਂ ਆਤਾ, ਨਹੀਂ ਤੋ ਆਪਕੋ ਗਾਇਸ ਨਾਮ ਵੀ ਬਤਾਤੇ। ਇੱਕ ਸ਼ਹੀਨ 11 ਹੈ, ਇੱਕ ਈਗਲ 11 ਹੈ, ਗੁਜਰਾਂਵਾਲਾ ਕੀ ਦੋਨੋਂ ਅੱਛੀ 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 ਟੀਮੇ ਹੈ। ਇੱਕ ਪੰਜਾਬ ਪੁਲਿਸ ਕੀ ਹੈ, ਇੱਕ ਬੋਰਡ ਆਫ ਇੰਟਰਮੀਡੀਏਟ ਨੇ ਕੀ ਹੋਈ ਹੈ, ਬੋਰਡ ਕਿਆ ਨਾ ਦਫ਼ਤਰ ਕੀਨ ਕੀ ਆਪਣੀ ਟੀਮ ਹੈ। ਇਹ ਚੌਥਾ ਬਾਦ, ਓ ਔਰ ਇਹ ਚਾਰ ਰਨ, ਦੋ 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 ਸਿੰਗਲ ਹੀ ਲਾਈ ਉਹਨਾਂ, ਤਾੜੀਆਂ ਹੀ ਮਾਰੀ ਜਾਂਦੇ ਨੇ, ਪਤਾ ਨਹੀਂ ਕੀ ਗੱਲ ਹੈ, ਪਤਾ ਨਹੀਂ ਮਰਾਸੀ ਹੈ ਉਹਨਾਂ ਦਾ ਜਿਹੜਾ ਤਾੜੀਆਂ ਮਾਰੀ ਜਾਂਦਾ। ਲਓ ਜੀ ਚਾਰ ਗੇਂਦਾਂ ਹੋ ਗਈਆਂ ਅਤੇ ਦੋ ਸਕੋਰ ਹੈ ਜੀ, ਦੋ ਗੇਂਦਾਂ ਉਹਦੀਆਂ ਰਹਿੰਦੀਆਂ ਨੇ, ਦੋ ਗੇਂਦਾਂ 'ਤੇ ਵੇਖੋ ਕੀ ਬਣਦਾ। ਬੋਲਿੰਗ ਅੱਛੀ ਕਰ ਰਿਹਾ ਮੁੰਡਾ, ਅੱਛਾ ਓਵਰ ਕੱਢ ਚੱਲਿਆ, ਗਰਾਊਂਡ ਮਾਸ਼ਾਅੱਲਾ ਕਿੱਡਾ ਖੂਬਸੂਰਤ ਹੈ। ਵਿਕਟ ਹੈ ਇਸ ਟਾਈਮ ਬੋਲਿੰਗ ਦੇ ਹੱਥ ਦੇ ਵਿੱਚ, ਬੈਟਿੰਗ ਦੇ ਹੱਥ 'ਚ ਨਹੀਂ ਹੈ, ਨਹੀਂ ਤਾਂ ਹੁਣ ਇੱਕ ਅੱਧਾ ਛੱਕਾ ਲੱਗ ਜਾਣਾ ਸੀ। ਥੱਕੇ ਲਓ ਜੀ ਪੰਜਵੀਂ ਗੇਂਦ, ਓ ਵੈਰੀ ਗੁੱਡ ਸ਼ਾਟ, ਇਹ ਸਿੰਗਲ ਵੀ ਨਹੀਂ, ਓ ਡੋ 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 ਮਾਰ ਥਰੋ ਹੋਏ ਉਲਾ ਵੀ। ਲਓ ਜੀ ਪੰਜ ਗੇਂਦ ਪੇ ਦੋ ਸਕੋਰ, ਮੈਨੂੰ ਲੱਗਦਾ ਹੈ ਇਹ ਬੈਟਸਮੈਨ ਬਹੁਤ ਹਲਕੇ ਪਲੇਅਰ ਹੈ, ਅੱਛੇ ਵਾਲਾ ਉਹਨੇ ਬਾਅਦ ਮੈਂ ਭੇਜਣਾ ਜੀ, ਦਾਇਰਾ ਦਾਇਰੇ ਮੈਂ ਅੱਛਾ ਭੇਜਣਾ ਚਾਹੀਏ, ਉਹ ਜ਼ਿਆਦਾ ਸ਼ਾਟ ਮਾਰੇਗਾ। ਲਓ ਜੀ ਲਾਸਟ ਬੋਲ ਹੈ, ਇਸ ਪੇ ਦੇਖਤੇ ਹੈ ਕਿਆ ਹੋਤਾ ਹੈ, ਬੋਲਰ ਨੇ ਰਿਸਕ ਲੈਣਾ ਕਿ ਆਊਟ ਹੋ ਜਾਏ, ਬੈਟਸਮੈਨ ਨੇ ਰਿਸਕ ਲੈਣਾ ਕਿ ਛੱਕਾ ਲੱਗ ਜਾਏ, ਮੇਰੀ ਇੱਜ਼ਤ ਬਣ ਜਾਏ। ਔਰ ਇਹ ਲਾਸਟ ਬੋਲ, ਓ ਇਹ ਵੀ ਬੀਟ ਹੋ ਗਈ, ਉਹਨਾਂ ਨੇ ਆਊਟ ਕੀ ਅਪੀਲ ਕੀ ਲੇਕਿਨ ਆਊਟ ਨਹੀਂ ਹੋਇਆ।